बाबू ने मारा मैडम, क्या हो गया यहाँ पे? बाबू ने मारा। कौन से बाबू ने मार दिया? बाबू घर में लेके आए गाड़ी, आदमी को मार के हाथ पैर तोड़ के फेंक दिया छत से। मेरे पति को मार दिया। क्या नाम है आपका? सोना। आपका नाम क्या? आपका क्या नाम है? सोनम। कितने बच्चे? कितने ने? दो कुड़ी मुंडा। मेरा बच्चा। मुंडे का ही नाम है? मुंडे का नाम आर्य ना? कुड़ी का नाम कनिषा। कनिषा, कुड़ी का नाम कनिषा। कितनी उम्र है? 5 साल की उम्र है, 11 साल की उम्र है। ਪੇਤਰੇ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿੱਥੇ ਇਹ ਨੌਜਵਾਨ ਕੰਮ ਕਰਦਾ ਸੀ ਉਸਦੇ ਮਾਲਕ ਦੇ ਉੱਤੇ ਇਸ ਹੱਤਿਆ ਦੇ ਇਲਜ਼ਾਮ ਲਗਾਏ ਗਏ ਨੇ, ਕਤਲ ਦੇ ਇਲਜ਼ਾਮ ਲਗਾਏ ਗਏ ਨੇ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਜਿੱਥੇ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ, ਉੱਥੇ ਹੀ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਫੈਕਟਰੀ ਦੇ ਮਾਲਕ ਦੇ ਵੱਲੋਂ ਕੁਝ ਗੁੰਡੇ ਭੇਜੇ ਜਾਂਦੇ ਨੇ ਘਰ ਦੇ ਵਿੱਚ ਆ ਕੇ, ਉਹਨਾਂ ਦੇ ਵੱਲੋਂ ਸ਼ਰੇਆਮ ਇਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਗਿਆ, ਜਿਸ ਦੇ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਜਿੱਥੇ ਇਹ ਨੌਜਵਾਨ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ, ਹੌਜ਼ਰੀ ਦੇ ਵਿੱਚ ਕੰਮ ਕਰਦਾ ਸੀ, ਉੱਥੇ ਦੇ ਮਾਲਕ ਦੇ ਵੱਲੋਂ ਇਸ ਦੇ ਨਾਂ ਦੇ ਉੱਤੇ ਇੱਕ ਅਕਾਊਂਟ ਖੁਲਵਾਇਆ ਗਿਆ ਸੀ, ਜਿਸ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ 80 ਤੋਂ 90 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਕੀਤੀ ਹੈ। ਹਾਲਾਂਕਿ ਉਸ ਸਮੇਂ ਕਿਹਾ ਜਾ ਰਿਹਾ ਕਿ ਜਦੋਂ ਇਸਨੇ ਵਿਰੋਧ ਕੀਤਾ ਤਾਂ ਫੈਕਟਰੀ ਦੇ ਮਾਲਕ ਨੇ ਇਸ ਨੂੰ 4 ਦਿਨ ਤੱਕ ਥਾਣੇ ਦੇ ਵਿੱਚ ਬੰਦ ਕਰਵਾ ਕੇ ਰੱਖਿਆ ਅਤੇ ਫਿਰ ਬੜੀ ਮੁਸ਼ਕਲ ਦੇ ਨਾਲ ਜਦੋਂ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਇਹ ਮੁੜ ਤੋਂ ਕੰਮ 'ਤੇ ਜਾਣ ਲੱਗਿਆ ਅਤੇ ਫਿਰ ਜਦੋਂ ਇਸਨੇ ਟ੍ਰਾਂਜੈਕਸ਼ਨਾਂ ਹੁੰਦੀਆਂ ਦੇਖੀਆਂ ਆਪਣੇ ਨਾਮ ਵਾਲੇ ਅਕਾਊਂਟ ਦੇ ਵਿੱਚ ਤਾਂ ਉਸ ਤੋਂ ਬਾਅਦ ਇਸਨੇ ਫਿਰ ਤੋਂ ਵਿਰੋਧ ਕੀਤਾ ਅਤੇ ਜਦੋਂ ਇਸਨੇ ਆਪਣੇ ਮਾਲਕ ਨੂੰ ਕਿਹਾ ਕਿ ਉਹ ਨੌਕਰੀ ਛੱਡ ਦੇਵੇਗਾ ਤਾਂ ਫੈਕਟਰੀ ਦੇ ਮਾਲਕ ਦੇ ਵੱਲੋਂ ਇਸ ਦੇ ਉੱਤੇ 3 ਕਰੋੜ ਰੁਪਏ ਦੀ ਚੋਰੀ ਦੇ ਇਲਜ਼ਾਮ ਲਗਾਏ ਗਏ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਸੀ। ਹਾਲਾਂਕਿ ਜਿਵੇਂ ਹੀ ਇਹ ਰਸਤੇ ਦੇ ਵਿੱਚ ਘਰ ਆ ਰਿਹਾ ਸੀ ਉਸੇ ਦਿਨ, ਤਾਂ ਉਸਦੇ ਨਾਲ ਪਹਿਲਾਂ ਰਸਤੇ 'ਚ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਫਿਰ ਘਰ ਆ ਕੇ ਕਿਹਾ ਜਾ ਰਿਹਾ ਕਿ ਕੁਝ ਦਿਨਾਂ ਬਾਅਦ ਬੀਤੇ ਦਿਨਾਂ ਜਦੋਂ ਉਹਨਾਂ ਦਾ ਮਨ ਨਹੀਂ ਭਰਦਾ ਤਾਂ ਘਰ ਦੇ ਵਿੱਚ ਵੜ ਕੇ ਇਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਫੋਰਚੂਨਰ ਗੱਡੀ ਅਤੇ ਬਾਈਕਾਂ ਦੇ ਉੱਤੇ ਕੁਝ ਬਦਮਾਸ਼ ਆਉਂਦੇ ਨੇ ਅਤੇ ਆਉਂਦੇ ਸਾਰ ਹੀ ਇਸ ਦੇ ਉੱਤੇ ਟੁੱਟ ਕੇ ਪੈ ਜਾਂਦੇ ਨੇ, ਜਿਸ ਦੇ ਕਾਰਨ ਇਸ ਨੂੰ ਚੱਕ ਕੇ ਕੁੱਟਮਾਰ ਕਰਨ ਤੋਂ ਬਾਅਦ ਛੱਤ ਤੋਂ ਨੀਚੇ ਸੁੱਟ ਦਿੱਤਾ ਜਾਂਦਾ, ਜਿਸ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਲੜਕਾ ਰਾਜੂ ਥਾ, ਜਿਸ ਕਾ ਘਰ ਜੱਸੀਆ ਰੋਡ ਪੇ ਥਾ, ਜਲੰਧਰ ਬਾਈਪਾਸ ਕੇ ਨਜ਼ਦੀਕ, ਜੋ ਕਾਮ ਕਰਤਾ ਥਾ ਬਹਾਦੁਰ ਕੀ ਰੋਡ ਪੇ, ਆਰਿਆਨ ਐਸਪੋਕ ਕੋਈ ਟੈਕਸੀ ਹੈ ਪ੍ਰਾਈਵੇਟ ਲਿਮਿਟਿਡ ਵਹਾਂ ਪੇ, ਠੀਕ ਹੈ ਜੀ, ਜੋ ਕਿ 2-3 ਸਾਲ ਸੇ ਵਹਾਂ ਪੇ ਕਾਮ ਕਰ ਰਹਾ ਥਾ, ਔਰ ਮਾਲਿਕ ਨੇ ਇਸ ਕੇ ਨਾਮ ਪੇ ਕੋਈ ਖਾਤਾ ਖੁਲਵਾਇਆ ਥਾ, ਜਿਸ ਕਾ ਬ੍ਰਾਂਚ ਜਲੰਧਰ ਬਾਈਪਾਸ ਚੌਕ ਪੇ ਹੈ, ਔਰ 80-90 ਲੱਖ ਕਾ ਟ੍ਰਾਂਜੈਕਸ਼ਨ ਹੁਆ ਥਾ ਇਸ ਕੇ ਅਕਾਊਂਟ ਮੇ, ਜਿਸ ਕਾ ਐਵੀਡੈਂਸ ਰਾਜੂ ਨੇ ਮੁਝੇ ਲਾ ਕੇ ਦਿਖਾਇਆ ਥਾ ਕਿ ਐਸੇ ਐਸੇ ਬਾਤ ਹੈ ਭਈਆ, ਔਰ ਜਬ ਮੈਨੇ ਕਾਮ ਛੋੜਨੇ ਕੇ ਲੀਏ ਵਹਾਂ ਪੇ ਬੋਲਾ ਤੋ ਮਾਲਿਕ ਨੇ 2 ਦਿਨ ਬਾਅਦ ਮੁਝੇ ਬੁਲਾ ਕੇ ਮੁਝੇ ਮਾਰਾ ਔਰ ਮੇਰਾ ਮੋਟਰਸਾਈਕਲ ਰੱਖ ਲਿਆ ਔਰ ਮੁਝੇ ਬਸਤੀ ਥਾਣੇ ਮੇ ਬੰਦ ਕਰਵਾ ਦਿਆ ਗਿਆ, ਜੋ ਕਿ ਆਪਕੋ ਮੁਝੇ ਉਸਨੇ ਬਤਾਇਆ ਥਾ ਜੋ ਰਾਜੂ ਨੇ, ਠੀਕ ਹੈ ਠੀਕ ਹੈ, ਜੋ ਉਸਕੇ ਸਾਥ ਹੁਆ ਥਾ ਮੇਰੇ ਆਫਿਸ ਪੇ ਆ ਕੇ, ਤੋ ਹਮਾਰੀ ਬਾਤ ਐਸ ਐਚ ਓ ਸਾਹਿਬ ਸੇ ਹੋਈ, ਉਸਕੇ ਪਹਿਲੇ ਉਸਕੇ ਵਾਈਫ ਨੇ ਮੇਰੇ ਪਾਸ ਆਇਆ ਥਾ, ਹਮ ਥਾਣੇ ਮੇ ਜਾ ਕੇ ਰਾਜੂ ਕੋ 4 ਦਿਨ ਬਾਅਦ ਲੈ ਕੇ ਆਏ ਥੇ ਵਾਪਸ ਆਪਣੇ ਜਿੰਮੇਵਾਰੀ ਪੇ, ਜੋ ਉਸਕੇ ਨਾਮ ਪੇ ਕੋਈ ਪਰਚਾ ਦਰਜ ਨਹੀਂ ਥਾ, ਉਸਕੇ ਮਾਲਿਕ ਕਾ ਕਹਿਣਾ ਥਾ ਕਿ ਤੂਨੇ 3 ਕਰੋੜ ਕੀ ਚੋਰੀ ਕੀਆ ਹੈ ਮੇਰੇ ਫੈਕਟਰੀ ਮੇ, ਕਿ ਜੋ ਤੇਰਾ ਦੋਨੋ ਘਰ ਹੈ ਮੇਰੇ ਨਾਮ ਪੇ, ਜੋ ਤੇਰਾ ਦੋਨੋ ਘਰ ਹੈ ਮੇਰੇ ਨਾਮ ਪੇ ਕਰ ਦੇ, ਨਹੀਂ ਤੋ ਮੈਂ ਤੇਰੇ ਕੋ ਜਾਨ ਸੇ ਮਰਵਾ ਦੂੰਗਾ, ਜਿਸ ਕੀ ਵੀਡੀਓ ਮੇਰੇ ਪਾਸ ਪੜੀ ਹੋਈ ਹੈ, ਜਬ ਰਾਜੂ ਠੀਕ ਥਾ, ਜਬ ਉਸਕੋ ਹਮ ਥਾਣੇ ਸੇ ਲੈ ਕੇ ਆਏ, ਰਾਜੂ ਨੇ ਆਪਣੇ ਮੂੰਹ ਸੇ ਬਿਆਨ ਦਿਆ ਥਾ ਕਿ ਜੋ ਘਟਨਾ ਉਸਕੇ ਸਾਥ ਘਟੀ ਹੈ ਉਸਕੀ ਵੀਡੀਓ ਪੜੀ ਹੋਈ ਹੈ, ਔਰ ਉਸਨੇ ਇਹ ਵੀ ਬੋਲਾ ਥਾ ਹਮੇ ਕਿ ਭਈਆ ਹਮਾਰਾ ਮਾਲਿਕ ਹਮੇ ਕਹਤਾ ਹੈ ਕਿ ਤੂੰ ਆਪਣਾ ਦੋਨੋ ਘਰ ਮੇਰੇ ਨਾਮ ਪੇ ਕਰ ਦੇ, ਨਹੀਂ ਤੋ ਮੈਂ ਤੁਝੇ ਜਾਨ ਸੇ ਮਾਰ ਦੂੰਗਾ, ਔਰ ਉਸਕੋ ਮੈਂਟਲੀ ਡਿਸਟਰਬ ਕੀਆ ਜਾ ਰਹਾ ਥਾ ਰਾਜੂ ਕੋ, ਉਸਕੇ ਪਰਿਵਾਰ ਕੋ, ਉਸਕੇ ਬੱਚੇ ਕੋ, ਜੋ ਕਿ ਜੋ ਰਾਜੂ ਨਾਲ ਲੜਕਾ ਹੈ ਉਸਕੀ ਸ਼ਾਦੀ ਹੋ ਗਈ ਹੈ, ਉਸਕੇ ਸ਼ਾਦੀ ਹੋ ਗਈ ਹੈ, 30-32 ਸਾਲ ਉਸਕਾ ਉਮਰ ਹੈ, ਕਿਤਨੇ ਬੱਚੇ ਉਸਕੇ? ਉਸਕੇ ਦੋ ਬੱਚੇ ਹੈ ਜੀ। ਕਰਤਾ ਕਿਆ ਥਾ ਵੋ? ਇਹ ਹੌਜ਼ਰੀ ਮੇ ਕਾਮ ਕਰਤਾ ਥਾ। ਕਹਾਂ ਪੇ? ਆਰਿਆ ਗਾਰਮੈਂਟ। ਐਡਰੈਸ?
आर्यन स्पोर्ट जो फैक्ट्री है आईडीएस बहादुर की रोड पे इनका फैक्ट्री है प्राइवेट लिमिटेड मेरे हिसाब से, ठीक है जी, वहाँ पे काम करता था। तो इसको इसका पर्चा दर्ज कर दिया गया, मारा कहाँ गया उसको? इसको बहादुर की रोड पे मारा गया था पहले बार, वहाँ कोई सीसीटीवी कैमरा कोई सामने आया वहाँ पे सब कुछ था, लेकिन जो है वो जो वीडियो है शायद SHO जोधेवाल बस्ती जो है SHO साहब उनके पास होगी, और सारा मामला बस्ती थाने में था। इन्होंने जो है वहाँ पे पर्चा दर्ज कर दिया था, झूठा मुकदमा हुआ था इसके ऊपर चोरी का। कौन से पोस्ट पे था वहाँ पे? वहाँ पे मैनेजर था कंपनी का, और इसने मरने के पहले बताया था भैया मेरे जान को खतरा है, जिसकी वीडियो हमारे पास पड़ी हुई है और इसके मोबाइल पे कॉल डिटेल निकाला जाए। पर्चा दर्ज होने के बाद भी इसको मालिक ने इतना टॉर्चर किया और इतना धमकी दिया, पर्चा दर्ज होने के बाद में जब इससे भी इनकी संतुष्टि नहीं हुई। आपको कैसे पता लगा इस मामले बारे में? जब आज इसके घर पे एक थार, एक फॉर्चूनर और दो मोटरसाइकिल गई है, और इसके साथ जो मारपीट हुई है, और इसको इसके परिवार के कहने के मुताबिक इसको मार के छत से नीचे फेंक दिया गया है। यह कार्रवाई नहीं तो फिर क्या करोगे? अगला कदम आपका क्या होगा? राजू का जो डेड बॉडी है बस्ती थाने के बाहर बाईपास पे रख के, और मैं बाईपास बंद करने का काम करूंगा। बिल्कुल, मैं यूपी बिहार वाले के लिए खड़ा था और हूँ, और आज जीवन खड़ा रहूंगा। मैं धक्का नहीं होने दूंगा अपने भाइयों के साथ।